ਉਨੀ ਹਵਾ ਏ ਕਿੱਸਾ ਜੋੜਦੇ ਪ੍ਰੀਤ ਦਾ ਰੂਦੀ ਰੀਤ ਦਾ ਦਿਲਾਂ ਦੇ ਮਾਹੀ ਮੀਤ ਦਾ Oh, you know what? I was really surprised. Pehle main socha is going to be just like it's just a normal Punjabi film. But then when it had the twist in it, I was so surprised. And you know, one thing is with Sartaaj, with his singing, he always expresses about, you know, how we feel and how, you know, about things that are real happening in life. And I think the film really said a lot about that. And I think, you know, like when the husband and wife were thinking, should I speak, should I not? I think communication is the key to any relationship. And I think he addressed that forward really well. I think you should definitely watch it because there's a message in the film. ਮੂਵੀ ਬਾਰੇ ਤੇ ਮੈਂ ਕਹਾਂ ਕਿ ਕੁਝ ਕਹਿ ਹੀ ਨਹੀਂ ਸਕਦੇ ਕਿ ਲਵਰਸ ਹੀ ਹੈ ਨਹੀਂਗੇ ਕੁਝ ਕਹਿਣੇ ਨੂੰ ਇੰਨੀ ਵਧੀਆ ਮੂਵੀ ਲੱਗੀ ਹੈਗੀ ਆ ਸਭ ਕੁਝ ਹੈਗਾ ਮੂਵੀ ਦੇ ਵਿੱਚ ਐਜੂਕੇਸ਼ਨਲ ਵੀ ਹੈਗੀ ਆ ਇਮੋਸ਼ਨਲ ਵੀ ਹੈਗੀ ਆ ਲਵ ਵੀ ਹੈਗਾ ਰਿਸਪੈਕਟ ਵੀ ਹੈਗੀ ਆ ਸਟੇਟਸ ਵੀ ਹੈਗਾ ਆ ਸੋ ਐਵਰੀਥਿੰਗ ਇੱਕ ਮੂਵੀ ਦੇ ਵਿੱਚ ਕੰਪਲੀਟ ਮਿਲ ਜਾਣਾ ਇਜ਼ ਵੈਰੀ ਵੈਰੀ ਗੁੱਡ ਅਤੇ ਮੈਨੂੰ ਲੱਗਦਾ ਕਿ ਫਸਟ ਟਾਈਮ ਐਵਰ ਇੱਦਾਂ ਦੀ ਮੂਵੀ ਬਣੀ ਹੋਣੀ ਆ ਜਿਹਦੇ ਵਿੱਚ ਸਾਰਾ ਕੁਝ ਇਕੱਠਾ ਕੀਤਾ ਗਿਆ ਹੈਗਾ ਐਂਡ ਫੈਮਿਲੀ ਦੀ ਅੰਡਰਸਟੈਂਡਿੰਗ ਦੱਸੀ ਹੈਗੀ ਹੈ ਕਿ ਇੱਕ ਫੈਮਿਲੀ ਦੇ ਵਿੱਚ ਕਿਹੋ ਜਿਹੀ ਅੰਡਰਸਟੈਂਡਿੰਗ ਹੋਣੀ ਚਾਹੀਦੀ ਆ ਕਪਲ ਦੇ ਵਿੱਚ ਅੰਡਰਸਟੈਂਡਿੰਗ ਕਿਹੋ ਜਿਹੀ ਹੋਣੀ ਚਾਹੀਦੀ ਆ ਇਨ ਲੋਸ ਦੇ ਵਿੱਚ ਅੰਡਰਸਟੈਂਡਿੰਗ ਕਿਹੋ ਜਿਹੀ ਹੋਣੀ ਚਾਹੀਦੀ ਆ ਸੋ ਇੱਕ ਫਿਲਮ ਦੇ ਵਿੱਚ ਸਾਰੇ ਹੀ ਤਰ੍ਹਾਂ ਦੇ ਰਿਲੇਸ਼ਨਸ਼ਿਪ ਜਿਹੜੀ ਹੈਗੀ ਆ ਇਹਦੇ ਵਿੱਚ ਕਵਰ ਕੀਤੀ ਗਈ ਹੈਗੀ ਆ ਸੋ ਜਿਨ੍ਹਾਂ ਨੇ ਵੀ ਜਿੰਨੇ ਵੀ ਇਸ ਟੀਮ ਦੇ ਮੈਂਬਰਸ ਹੈਗੇ ਨੇ ਉਹਨਾਂ ਸਾਰਿਆਂ ਨੂੰ ਕੰਗਰੈਚੁਲੇਟ ਕਰਨਾ ਚਾਹੁੰਦੀ ਹਾਂ ਅਤੇ ਬਹੁਤ ਬਹੁਤ ਕੰਗਰੈਚੁਲੇਟ ਕਰਨਾ ਚਾਹੁੰਦੀ ਹੈਗੀ ਸਤਿੰਦਰ ਸਰਤਾਜ ਜੀ ਨੂੰ ਕੰਪਲੀਟ ਮੂਵੀ ਵੈਰੀ ਗੁੱਡ ਮੂਵੀ ਕੰਗਰੈਚੁਲੇਸ਼ਨ ਆਡੀਅੰਸ ਨੂੰ ਕਿਉਂ ਦੇਖਣੀ ਚਾਹੀਦੀ ਹੈਗੀ ਆ ਕਿਉਂਕਿ ਇਹ ਇੱਕ ਫੈਮਿਲੀ ਫਿਲਮ ਆ ਜਿੱਦਾਂ ਮੈਂ ਕਿਹਾ ਕਿ ਇਹਦੇ ਵਿੱਚ ਫੈਮਿਲੀ ਦੇ ਜਿੰਨੇ ਵੀ ਮੋੜ ਆਉਂਦੇ ਹੈਗੇ ਜ਼ਿੰਦਗੀ ਦੇ ਵਿੱਚ ਉਹ ਸਾਰੇ ਇਹਦੇ ਵਿੱਚ ਦਿਖਾਏ ਗਏ ਨੇ ਕਿ ਰਿਲੇਸ਼ਨਸ਼ਿਪ ਜਿਹੜੀ ਹੈਗੀ ਆ ਉਹ ਕਿਸ ਤਰ੍ਹਾਂ ਹੁੰਦੀ ਆ ਇੱਕ ਨਨਾਣ ਦੇ ਨਾਲ ਇੱਕ ਦਿਓਰ ਦੇ ਨਾਲ ਇੱਕ ਸੱਸ ਦੇ ਨਾਲ ਇੱਕ ਮਾਂ ਦੇ ਨਾਲ ਜਿਹੜੀ ਰਿਲੇਸ਼ਨਸ਼ਿਪ ਹੈਗੀ ਆ ਉਹਦੀ ਅੰਡਰਸਟੈਂਡਿੰਗ ਦੀ ਅੱਜ ਦੇ ਟਾਈਮ ਨੂੰ ਬਹੁਤ ਜ਼ਰੂਰਤ ਹੈਗੀ ਆ ਕਿਉਂਕਿ ਡਿਵੋਰਸਿਸ ਤੁਸੀਂ ਦੇਖਿਆ ਹੋਣਾ ਫੈਮਿਲੀਜ਼ ਜਿਹੜੀਆਂ ਹੈਗੀਆਂ ਸੈਪਰੇਟ ਹੁੰਦੀਆਂ ਹੈਗੀਆਂ ਬਹੁਤ ਜ਼ਿਆਦਾ ਸੋ ਇਸ ਫਿਲਮ ਨੂੰ ਦੇਖ ਕੇ ਕਾਫੀ ਹੱਦ ਤੱਕ ਅੰਡਰਸਟੈਂਡਿੰਗ ਜਿਹੜੀ ਹੈਗੀ ਆ ਫੈਮਿਲੀਜ਼ ਦੇ ਵਿੱਚ ਵੱਧ ਸਕਦੀ ਹੈ ਆਈ ਵੁੱਡ ਰੀਅਲੀ ਯੂ نو ਆਮ ਰੀਅਲੀ ਰੀਅਲੀ ਇੰਪ੍ਰੈਸਡ ਵਿਦ ਥਿਸ ਫਿਲਮ ਜਿਹੜੀ ਅੱਜ ਅਸੀਂ ਇੱਕੋ ਮਿੱਕੇ ਫਿਲਮ ਦੇਖੀ ਬਹੁਤ ਹੀ ਸੋਹਣੀ ਹੈ ਬਹੁਤ ਹੀ ਵਧੀਆ ਇਹਦੀ ਸਟੋਰੀ ਲਾਈਨ ਹੈ ਐਂਡ ਆਈ ਵੁੱਡ ਆਈ ਥਿੰਕ ਮੈਂ ਸਾਰਿਆਂ ਨੂੰ ਅਪੀਲ ਕਰਦੀ ਹਾਂ ਕਿ ਤੁਸੀਂ ਜ਼ਰੂਰ ਇਹ ਫਿਲਮ ਦੇਖੋ ਤੇ ਸਾਡੇ ਪੰਜਾਬੀ ਸਿਨੇਮੇ ਨੂੰ ਫੁੱਲ ਸਪੋਰਟ ਕਰੋ ਇੰਨੀ ਵਧੀਆ ਫਿਲਮ ਸੀ ਨਾ ਮੈਂ ਐਕਚੁਅਲੀ ਆਈ ਕਾਂਟ ਬਲੀਵ ਕਿੰਨੀ ਵਧੀਆ ਫਿਲਮ ਬਣਾਈ ਸਤਿੰਦਰ ਸਰਤਾਜ ਜੀ ਦੇ ਬਹੁਤ ਐਜੂਕੇਸ਼ਨਲ ਫਿਲਮ ਸੀ ਅਤੇ ਟੈਕਲ ਕੀਤਾ ਇਸ਼ੂ ਜਿਹੜਾ ਬਹੁਤ ਸੈਂਸਿਟਿਵ ਹੁੰਦਾ ਵਾ ਆਪਣੀ ਲਾਈਫ ਦੇ ਵਿੱਚ ਜਿਸ ਤਰ੍ਹਾਂ ਕਹਿੰਦੇ ਕਿ ਮੈਰਿਜ ਦੇ ਵਿੱਚ ਯੂ ਨੋ ਵਿਆਹ ਦਿਖਾ ਦਿੰਦੇ ਪਰ ਬਾਅਦ 'ਚ ਜੋ ਹੁੰਦਾ ਉਹ ਨਹੀਂ ਆਪਾਂ ਨੂੰ ਪਤਾ ਕੀ ਹੋਣਾ ਅਤੇ ਕਿੱਦਾਂ ਉਹਨੂੰ ਹੈਂਡਲ ਕਰਨਾ ਅਤੇ ਜਿਸ ਤਰ੍ਹਾਂ ਉਹਨਾਂ ਨੇ ਦਿਖਾਇਆ ਇਟ ਵਾਜ਼ ਰੀਅਲੀ ਗੁੱਡ ਕਿ ਲੋਕਾਂ ਨੂੰ ਐਜੂਕੇਸ਼ਨ ਮਿਲੂਗਾ ਕਿ ਹਾਂ ਆਪਾਂ ਆਪਣੀ ਮੈਰਿਜ ਸੇਵ ਕਰ ਸਕਦੇ ਇਫ ਵੀ ਲਿਸਨ ਟੂ ਈਚ ਅਦਰ ਮੈਂ ਬਸ ਇਹੋ ਕਹੂੰਗੀ ਕਿ ਪਲੀਜ਼ ਪਲੀਜ਼ ਜਾ ਕੇ ਫਿਲਮ ਦੇਖੋ ਤੇ ਤੁਸੀਂ ਜ਼ਰੂਰ ਕੁਝ ਸਿੱਖੋਗੇ ਇਹਦੇ ਤੋਂ ਦੇਖੋ ਫਿਲਮ ਬਹੁਤ ਔਸਮ ਬਣੀ ਹੈ ਫਿਲਮ ਦੇ ਡਾਇਰੈਕਸ਼ਨਲ ਐਂਗਲ ਤੋਂ ਕਹਿ ਲਓ ਕਿ ਜਾਂ ਡਾਇਲੋਗਸ ਲਾ ਲਓ ਸਟੋਰੀ ਲਾ ਲਓ ਅਤੇ ਸਭ ਤੋਂ ਵੱਡੀ ਗੱਲ ਹੈ ਕਿ ਇਨਸਾਨੀ ਰਿਸ਼ਤਿਆਂ ਦੀ ਤਰਜਮਾਨੀ ਜਿਸ ਤਰੀਕੇ ਨਾਲ ਕੀਤੀ ਗਈ ਹੈ ਇਹ ਬਹੁਤ ਯੂਨੀਕ ਤਰੀਕੇ ਨਾਲ ਫਿਲਮ ਬਣੀ ਹੈ ਅਤੇ ਮੈਂ ਸਾਰਿਆਂ ਨੂੰ ਰਿਕਮੈਂਡ ਕਰੂੰਗਾ ਕਿ ਪਰਿਵਾਰ ਦੇ ਨਾਲ ਫਿਲਮ ਦੇਖਣ ਜਾਣੀ ਜ਼ਰੂਰੀ ਹੈ ਜਿੱਥੇ ਇਹਦੇ 'ਚ ਭੈਣ ਭਰਾ ਦੇ ਰਿਸ਼ਤੇ ਦੀ ਗੱਲ ਭਾਈ ਭਰਜਾਈ ਦੇ ਰਿਸ਼ਤਿਆਂ ਦੀ ਗੱਲ ਦਰਾਣੀਆਂ ਜਠਾਣੀਆਂ ਮੈਂ ਕਹਿੰਦਾ ਕੋਈ ਐਂਗਲ ਛੱਡਿਆ ਨਹੀਂ ਹੈਗਾ ਇੱਕ ਹਰ ਬੰਦਾ ਇਹਨੂੰ ਕਿਤੇ ਨਾ ਕਿਤੇ ਆਪਣੇ ਨਾਲ ਆਪਣੇ ਪਰਿਵਾਰ ਨਾਲ ਰਿਲੇਟ ਕਰਕੇ ਵੇਖੇਗਾ ਅਤੇ ਜੇ ਇੱਦਾਂ ਦੇ ਕੰਟੈਂਟ ਨੂੰ ਅਸੀਂ ਸਪੋਰਟ ਕਰਦੇ ਹਾਂ ਇੱਦਾਂ ਦੀਆਂ ਫਿਲਮਾਂ ਨੂੰ ਅਸੀਂ ਸਕਸੈਸਫੁਲ ਕਰਦੇ ਹਾਂ ਤਾਂ ਹੀ ਇੱਦਾਂ ਦਾ ਕੰਟੈਂਟ ਦੁਬਾਰਾ ਬਣੇਗਾ ਸੋ ਇਸ ਫਿਲਮ ਦੇ ਜੋ ਵੀ ਪ੍ਰੋਡਿਊਸਰਸ ਨੇ ਐਕਟਰ ਨੇ ਖਾਸ ਤੌਰ 'ਤੇ ਸਰਤਾਜ ਬਾਈ ਜਿਨ੍ਹਾਂ ਦੀ ਸੋਚ ਨੂੰ ਆਪਾਂ ਸ਼ੁਰੂ ਤੋਂ ਹੀ ਸਾਰੇ ਪੰਜਾਬੀ ਜਾਣਦੇ ਨੇ ਸੋ ਉਹਨਾਂ ਨੂੰ ਮੈਂ ਕੰਗਰੈਚੁਲੇਟ ਕਰਦਾ ਵਧਾਈ ਦਿੰਦਾ ਅਤੇ ਵਾਹਿਗੁਰੂ ਅੱਗੇ ਅਰਦਾਸ ਕਰਦਾ ਕਿ ਇਸ ਫਿਲਮ ਨੂੰ ਅਪਾਰ ਸਫਲਤਾ ਮਿਲੇ ਤਾਂ ਕਿ ਇੱਦਾਂ ਦੀਆਂ ਫਿਲਮਾਂ ਪੰਜਾਬੀ ਸਿਨੇਮਾ ਦੀ ਝੋਲੀ 'ਚ ਹੋਰ ਪੈਣ ਸੋ ਤੁਸੀਂ ਆਪਣੇ ਪਰਿਵਾਰ ਨਾਲ ਇਹ ਫਿਲਮ ਜ਼ਰੂਰ ਦੇਖਣ ਜਾਓ ਇਹ ਮੇਰੀ ਪਰਸਨਲ ਰਿਕਮੈਂਡੇਸ਼ਨ ਹੈ ਥੈਂਕ ਯੂ ਸੋ ਮੱਚ ਫਿਲਮ ਬਹੁਤ ਵਧੀਆ ਸੀ ਜੋ ਅਸੀਂ ਸਰਤਾਜ ਭਾਜੀ ਤੋਂ ਐਕਸਪੈਕਟ ਕਰਦੇ ਸੀਗੇ ਉਸ ਤੋਂ ਕਿਤੇ ਜ਼ਿਆਦਾ ਵਧੀਆ ਸੀ ਠੀਕ ਹੈ ਅਤੇ ਜੋ ਉਹਨਾਂ ਨੇ ਟੌਪਿਕ ਚੁਣਿਆ ਸਭ ਤੋਂ ਪਹਿਲਾਂ ਉਹਨਾਂ ਨੂੰ ਸਲਾਮ ਆ ਸਲੂਟ ਆ ਕਿਉਂਕਿ ਇੱਦਾਂ ਦੇ ਟੌਪਿਕ 'ਤੇ ਫਿਲਮਾਂ ਨਹੀਂ ਬਣਦੀਆਂ ਔਰ ਬਿਲਕੁਲ ਨਹੀਂ ਬਣਦੀਆਂ ਸਾਡੀ ਪੰਜਾਬੀ ਸਿਨੇਮਾ 'ਚ ਇਹ ਟੌਪਿਕ ਜੋ ਹੈ ਸਾਡੇ ਘਰ ਘਰ ਦੀ ਕਹਾਣੀ ਆ ਸਾਡੇ ਜੋ ਪੇਰੈਂਟਸ ਦੇ ਨਾਲ ਸਾਡੇ ਭਰਾ ਭੈਣ ਦੇ ਨਾਲ ਸਾਡੇ ਰਿਸ਼ਤੇਦਾਰਾਂ ਨਾਲ ਜੋ ਗੁਜ਼ਰਦੀ ਆ ਉਹ ਅੱਜ ਦੀ ਡੇਟ ਦੀ ਇਹ ਇੱਕ ਇਹੋ ਜਿਹੀ ਕਹਾਣੀ ਆ ਜੋ ਬਹੁਤ ਸੁਚੱਜੇ ਤਰੀਕੇ ਦੇ ਨਾਲ ਉਹਨਾਂ ਨੇ ਪੇਸ਼ ਕੀਤੀ ਆ ਵੱਡੇ ਸਕਰੀਨ 'ਤੇ ਔਰ ਸਭ ਤੋਂ ਵੱਡੀ ਗੱਲ ਕੀ ਆ ਕਿ ਉਹਨਾਂ ਦੇ ਗਾਣੇ ਉਹ ਗਾਣੇ ਇਸ ਫਿਲਮ ਦੇ ਵਿੱਚ ਇੱਦਾਂ ਠੋਕ ਠੋਕ ਕੇ ਪਾਇਆ ਭਾਜੀ ਨੇ ਕਿ ਤੁਸੀਂ ਉੱਠ ਨਹੀਂ ਸਕਦੇ ਤੁਸੀਂ ਅੱਖ ਝਪਕ ਨਹੀਂ ਸਕਦੇ ਆਪਣੀ ਕਿਉਂਕਿ ਜੇ ਤੁਸੀਂ ਉਹ ਸੀਨ ਮਿਸ ਕਰ ਦੋਗੇ ਜਿਹੜਾ ਗਾਣੇ ਦਾ ਮਤਲਬ ਉਹ ਸਾਰਾ ਨਿਕਲ ਜਾਣਾ ਸੋ ਇਸ ਕਰਕੇ ਮੈਂ ਸਾਰਿਆਂ ਨੂੰ ਰਿਕਮੈਂਡ ਕਰਦਾ ਸਪੈਸ਼ਲੀ ਬੱਚਿਆਂ ਨੂੰ
ਕਿ ਆ ਕੇ ਦੇਖੋ, ਆਪਣੇ ਰਿਸ਼ਤਿਆਂ ਨੂੰ ਸਮਝੋ ਅਤੇ ਆਪਣੇ ਮਾਂ ਪਿਓ ਨੂੰ, ਆਪਣੇ ਭਰਾ ਭੈਣ ਨੂੰ, ਸਾਰਿਆਂ ਨੂੰ ਆ ਕੇ ਇੱਥੇ ਫਿਲਮ ਦੇਖਣ ਦੀ ਮੈਂ ਇੱਕ ਰਿਕੁਐਸਟ ਕਰ ਰਿਹਾ ਅਤੇ ਫਿਲਮ 10/10। ਹਾਂਜੀ ਦੋਸਤੋ, ਐਜ਼ ਯੂ ਨੋ ਦਿਸ ਇਜ਼ ਟਬਜ਼ੀ ਟੋਕੀ ਵਾਲਾ, ਵੇਅਰ ਇਜ਼ ਦ ਟੋਕੀ। ਆਈਵ ਜਸਟ ਵਾਚਡ ਐਨ ਅਮੇਜ਼ਿੰਗ ਫਿਲਮ ਟੁਡੇ, ਇੱਕੋ ਮਿੱਕੇ ਬਾਏ ਸਤਿੰਦਰ ਸਰਤਾਜ। ਦੋਸਤੋ, ਇਹ ਫਿਲਮ 13 ਮਾਰਚ ਨੂੰ ਰਿਲੀਜ਼ ਹੋਣ ਜਾ ਰਹੀ ਹੈ ਪੂਰੀ ਦੁਨੀਆ 'ਚ, ਖਾਸ ਕਰਕੇ ਇੰਡੀਆ 'ਚ। ਇਸ ਫਿਲਮ ਨੂੰ ਤੁਸੀਂ ਬਹੁਤ ਭਰਮਾ ਹੁੰਗਾਰਾ ਦੇਣਾ, ਕਿਉਂ? ਕਿਉਂਕਿ ਇਸ ਫਿਲਮ 'ਚ ਦਿਖਾਇਆ ਗਿਆ ਕਿ ਜ਼ਿੰਦਗੀ ਬਹੁਤ ਛੋਟੀ ਹੈ ਔਰ ਆਪਾਂ ਜ਼ਿੰਦਗੀ ਆਪਣੀ ਕਿਵੇਂ ਰਿਸ਼ਤਿਆਂ ਦੇ ਵਿੱਚ ਜਾਂ ਹੋਰ ਪਰਿਵਾਰਕ ਦਰਾਰਾਂ ਜਿਹੜੀਆਂ ਆਉਂਦੀਆਂ ਉਹਨਾਂ ਨੂੰ ਆਪਾਂ ਬਹੁਤ ਜ਼ਿਆਦਾ ਇੰਪੋਰਟੈਂਸ ਦੇ ਦਿੰਦੇ ਹਾਂ, ਜਿੱਥੇ ਕਿ ਟਰੱਸਟ ਔਰ ਕਮਿਊਨੀਕੇਸ਼ਨ ਦੀ ਬਹੁਤ ਜ਼ਿਆਦਾ ਲੋੜ ਆ। ਸੋ ਆਪਣੀਆਂ ਫੈਮਿਲੀਆਂ ਦੀ ਇਹ ਗੱਲ ਆ, ਕਿਸੇ ਬਾਹਰਲੇ ਬੰਦੇ ਦੀ ਗੱਲ ਨਹੀਂ ਹੈਗੀ, ਹਰੇਕ ਪੰਜਾਬੀ ਫੈਮਿਲੀ ਦਾ ਇਹੀ ਇੱਕ ਸਿਚੁਏਸ਼ਨ ਆ। ਸੋ ਜ਼ਰੂਰ ਇਸ ਫਿਲਮ ਨੂੰ ਦੇਖੋ, ਆਈ ਪ੍ਰੋਮਿਸ ਯੂ ਇਟ ਵਿਲ ਚੇਂਜ ਯੂਰ ਥਿੰਕਿੰਗ, ਇਟ ਵਿਲ ਚੇਂਜ ਯੂਰ ਲਾਈਫ। ਸੋ ਦੋਸਤੋ, ਪਲੀਜ਼ ਗੋ ਐਂਡ ਵਾਚ ਦਿਸ ਫਿਲਮ ਇੱਕੋ ਮਿੱਕੇ। ਓਏ ਮੈਂ ਤੇ ਸੱਜਣ ਇੱਕੋ ਮਿੱਕੇ, ਦੱਸੋ ਜੀ ਹੁਣ ਕੀ ਲਿਖੀਏ, ਦੱਸੋ ਜੀ ਹੁਣ ਕੀ ਲਿਖੀਏ, ਦੱਸੋ ਜੀ ਹੁਣ ਕੀ ਲਿਖੀਏ।